ਕਾਂਗਰਸ ਨੂੰ ਇੰਨੀਆਂ ਮਿਰਚਾਂ ਕਿਉਂ ਲੱਗੀਆਂ? ਐਸਆਈਟੀ ਦੇ 5 ਮੈਂਬਰ ਹੈ, ਐਸਆਈਟੀ ਦੇ 5 ਮੈਂਬਰ ਹੈ, ਇੱਕ ਉਹਦਾ ਚੇਅਰਮੈਨ ਹੈ ਕੰਵਰ ਵਿਜੇ ਪ੍ਰਤਾਪ, ਨਾ ਚੇਅਰਮੈਨ ਹੈ, ਇਕੱਲਾ ਇੱਕ ਮੈਂਬਰ ਹੈ। ਅਸੀਂ 4 ਬਾਕੀ ਮੈਂਬਰਾਂ ਦੇ ਇਤਰਾਜ਼ ਨਹੀਂ ਕੀਤਾ, ਕਿਉਂ ਇਹਦੇ ਤੇ ਕੀਤਾ? ਕਿਉਂਕਿ ਆਹ ਕਾਂਗਰਸ ਦਾ ਏਜੰਟ ਬਣ ਕੇ ਲੱਗਿਆ ਸੀ। ਇਲੈਕਸ਼ਨ ਕਮਿਸ਼ਨ ਦੇ ਸਾਹਮਣੇ ਅਸੀਂ ਸਬੂਤ ਦਿੱਤੇ ਕਿ ਕਿਵੇਂ ਆ ਸਾਰੀ ਗੱਲ ਕਾਂਗਰਸ ਦੇ ਸ਼ਹਿਰ ਤੇ ਕਰਦਾ ਸੀ, ਤੇ ਇਲੈਕਸ਼ਨ ਕਮਿਸ਼ਨ ਨੇ ਸਾਰਾ ਪੜਤਾਲ ਕਰਕੇ ਇਨਕੁਆਇਰੀ ਕਰਕੇ ਫੈਸਲਾ ਦਿੱਤਾ। ਮੈਂ ਪੁੱਛਣਾ ਚਾਹੁੰਦਾ, ਇਲੈਕਸ਼ਨ ਕਮਿਸ਼ਨ ਨੇ ਅਸੀਂ ਡੀਸੀ ਬਠਿੰਡੇ ਨੂੰ ਬਦਲਾਇਆ, ਕੈਪਟਨ ਅਮਰਿੰਦਰ ਸਿੰਘ ਕਿਉਂ ਨਹੀਂ ਰੌਲਾ ਪਾਉਂਦਾ ਕਿ ਡੀਸੀ ਬਠਿੰਡਾ ਕਿਉਂ ਬਦਲਾਇਆ? ਕੈਪਟਨ ਅਮਰਿੰਦਰ ਸਿੰਘ ਦੂਜੇ ਜਿਹੜੇ ਅਫਸਰ ਬੁਲਾਏ ਉਹਨਾਂ ਬਾਰੇ ਕਿਉਂ ਨਹੀਂ ਕਹਿੰਦਾ? ਆਹ ਕਾਂਗਰਸੀ ਕਿਉਂ ਬੋਲੀ ਪਏ? ਅੱਜ ਬਰਗਾੜੀ ਮੋਰਚੇ ਵਾਲੇ ਕਿਉਂ ਬੋਲ ਪਏ? ਹੁਣ ਆਹੀ ਸਵਾਲ ਹੈ, ਬਰਗਾੜੀ ਮੋਰਚੇ ਵਾਲੇ ਕੈਪਟਨ ਨੇ ਬਿਠਾਈ ਸੀ ਉੱਥੇ ਆਹ ਡਰਾਮਾ ਕਰਨ ਵਾਸਤੇ, ਜਦੋਂ ਕੈਪਟਨ ਨੇ ਚਾਹਿਆ ਉਹਨਾਂ ਨੂੰ ਉਠਾਇਆ, ਹੁਣ ਉਹਨਾਂ ਦੀ ਗੇਮ ਪਲਾਨ ਹੱਥੋਂ ਪੈਰਾਂ ਉੱਤੋਂ ਜ਼ਮੀਨ ਹਿੱਲ ਗਈ ਕਿ ਇਲੈਕਸ਼ਨ ਕਮਿਸ਼ਨ ਨੇ ਦੇਖ ਲਿਆ ਕਿ ਅੱਜ ਇਹਨਾਂ ਦਾ ਕੰਮ ਇਲੈਕਸ਼ਨ ਨੂੰ ਉਹ ਅਫਸਰ ਨੂੰ ਵਰਤ ਕੇ ਇਲੈਕਸ਼ਨ ਤੋਂ ਵੀ ਮਾਹੌਲ ਖਰਾਬ ਕਰਨਾ ਚਾਹੁੰਦੇ ਸੀ, ਤੇ ਹੁਣ ਘਬਰਾ ਗਏ। ਤੇ ਇਸ ਕਰਕੇ ਆ ਕੈਪਟਨ ਦਾ ਕਹਿਣਾ ਤੇ ਕਾਂਗਰਸੀਆਂ ਦਾ ਬੋਲਣਾ ਸਬੂਤ ਹੈ ਕਿ ਕੰਵਰ ਵਿਜੇ ਪ੍ਰਤਾਪ ਉਹਨਾਂ ਦਾ ਏਜੰਟ ਹੈ। ਮੋਦੀ ਸਾਹਿਬ ਤਾਂ ਪੱਕੇ ਬਣਨਗੇ, ਤੇ ਮੋਦੀ ਸਾਹਿਬ ਮੈਂ ਤੁਹਾਨੂੰ ਆਹੀ ਕਿਹਾ ਇੱਕ ਤਕੜੇ ਪ੍ਰਧਾਨ ਮੰਤਰੀ ਹੈ, ਤਕੜੇ ਪ੍ਰਧਾਨ ਮੰਤਰੀ ਤੋਂ ਦੁਸ਼ਮਣ ਡਰਦਾ ਹੀ ਹੁੰਦਾ। ਇੱਕ ਮੈਨੂੰ ਬੜੀ ਹੈਰਾਨੀ ਹੈ, ਕਾਂਗਰਸ ਦਾ ਮੁੱਖ ਮੰਤਰੀ ਹੋਏ, ਹੋਮ ਮਿਨਿਸਟਰ ਹੋਏ, ਉਹਦੀ ਧਰਮ ਪਤਨੀ ਗੈਂਗਸਟਰਾਂ ਨਾਲ ਉਹਨੂੰ ਸ਼ਾਮਿਲ ਕਰਦੇ ਹੋ, ਦੱਸਾਂ ਕੀ ਹੈ? ਆਹ ਸਾਰਾ ਕੁਛ ਹੁਣ ਫਰਸਟ੍ਰੇਸ਼ਨ ਸ਼ੁਰੂ ਹੋ ਗਈ ਹੈ। ਕਾਂਗਰਸ ਨੂੰ ਪਤਾ ਲੱਗ ਗਿਆ ਕਿ ਹਾਰ ਰਹੇ ਹੈ, ਕਾਂਗਰਸ ਨੂੰ ਪਤਾ ਲੱਗ ਗਿਆ ਕਿ ਹਾਰ ਰਹੇ ਹੈ, ਇਸ ਕਰਕੇ ਹਰ ਦਾਅ ਪੇਚ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।